ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਹੋਰ ਨਵਾਂ ਦਿਨ, ਇੱਕ ਨਵੀਂ ਵੀਜ਼ਾ ਸਕਸੈਸ ਸਟੋਰੀ ਦੇ ਨਾਲ ਨਾਲ ਨੇ ਮੇਰੇ ਐਪਲੀਕੈਂਟ। ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਤੁਹਾਡਾ ਥੈਂਕ ਯੂ ਕਰਨਾ ਚਾਹੂੰਗਾ ਕਿ ਤੁਸੀਂ ਸਾਰਿਆਂ ਨੇ ਸਾਡੇ ਦੇ ਉੱਤੇ ਟਰੱਸਟ ਦਿਖਾਇਆ। ਸੋ ਅਕਸਰ ਅਸੀਂ ਟੀਵੀ ਸ਼ੋਅ ਕਰਦੇ ਹਾਂ, ਸੋਸ਼ਲ ਮੀਡੀਆ ਮਾਧਿਅਮ ਦੇ ਉੱਤੇ ਆ ਕੇ ਕਿਸੇ ਨਾ ਕਿਸੇ ਵੀਜ਼ਾ ਬਾਰੇ ਇਨਫੋਰਮੇਸ਼ਨ ਦਿੰਦੇ ਹਾਂ। ਸੋ ਚਾਹੇ ਉਹ ਕੈਨੇਡਾ, ਸੋ ਚਾਹੇ ਉਹ US ਹੈ, ਸੋ ਅਕਸਰ ਸਟੂਡੈਂਟ ਇਸ ਚੀਜ਼ ਨੂੰ ਸੁਣਦਾ, ਸਾਡੇ ਟਰੱਸਟ ਦਿਖਾਉਂਦਾ ਅਤੇ ਰਿਜ਼ਲਟ ਆਊਟਕਮ ਅੱਛੀ ਆਉਂਦੀ ਹੈ। ਸੋ ਅੱਜ ਦੀਆਂ ਤਿੰਨੋਂ ਪ੍ਰੋਫਾਈਲਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀਗਾ। ਸਭ ਤੋਂ ਪਹਿਲਾਂ ਵੀਜ਼ਾ ਗ੍ਰਾਂਟ ਹੈ ਜੀ ਅਮਨਦੀਪ ਕੌਰ। ਸੋ ਅਮਨਦੀਪ ਦੀ ਪ੍ਰੋਫਾਈਲ ਦੀ ਅਗਰ ਆਪਾਂ ਗੱਲ ਕਰਦੇ ਹਾਂ, ਪੜ੍ਹਾਈ ਕੀਤੀ ਹੈ 2022 ਪਾਸ ਆਊਟ, ਉਸ ਤੋਂ ਬਾਅਦ ਐਜੂਕੇਸ਼ਨ ਦੀ ਅਗਰ ਆਪਾਂ ਗੱਲ ਕਰਦੇ ਹਾਂ, 22 ਤੋਂ ਬਾਅਦ ਇਹਨਾਂ ਦਾ ਪੜ੍ਹਾਈ ਦੇ ਵਿੱਚ ਗੈਪ ਸੀਗਾ ਅਤੇ ਗੈਪ ਦੇ ਨਾਲ ਨਾਲ 6 ਓਵਰਆਲ ਬੈਂਡ ਹੋਣ ਦੇ ਨਾਲ ਨਾਲ ਇੱਕ ਮਡਿਊਲ ਦੇ ਵਿੱਚ 5 ਬੈਂਡ ਸੀਗੇ। ਸੋ ਇਹਨਾਂ ਨੇ ਟਰੱਸਟ ਦਿਖਾਇਆ, ਅੱਜ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਜੀ, ਔਰ ਪੈਸੇ ਦੇ ਰਿਹਾ ਜੀ ਵੀਜ਼ਾ ਲੱਗਣ ਤੋਂ ਬਾਅਦ। ਇਹਦੇ ਨਾਲ ਨਾਲ ਦੂਸਰੇ ਐਪਲੀਕੈਂਟ ਸੁਖਜੀਤ ਕੌਰ, ਸੋ ਐਜੂਕੇਸ਼ਨ ਕੀਤੀ ਅਗੈਨ, ਪੜ੍ਹਾਈ ਤੋਂ ਬਾਅਦ ਗੈਪ, ਇੱਕ ਮਡਿਊਲ ਦੇ ਵਿੱਚ 5.5 ਬੈਂਡ, ਪਿਛਲੀ ਵਾਰ ਵੀਜ਼ਾ ਰਿਜੈਕਟ ਹੋਇਆ, 1.5 ਲੱਖ ਰੁਪਏ ਦਾ ਨੁਕਸਾਨ, ਅਤੇ ਅੱਜ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ। ਸੋ ਅਕਸਰ ਜਿਹਨੂੰ ਕਹੀਏ ਕਿ ਦੁਨੀਆ ਦਾ ਸਰਪੰਚ ਮੁਲਕ, ਉਹਨੂੰ ਆਪਾਂ ਕਦੀ ਭੁੱਲ ਨਹੀਂ ਸਕਦੇ। ਸੋ USA ਦਾ ਵੀਜ਼ਾ ਗ੍ਰਾਂਟ ਹੋਇਆ ਜੀ ਵਿਜੇਨ ਸਿੰਘ ਦਾ। ਸੋ ਇਹਨਾਂ ਦੀ ਐਪਲੀਕੇਸ਼ਨ, ਪੜ੍ਹਾਈ ਤੋਂ ਬਾਅਦ ਗੈਪ ਅਤੇ ਬਿਨਾਂ ਆਇਲਸ ਤੋਂ USA ਦਾ ਵੀਜ਼ਾ ਹਾਸਲ ਕੀਤਾ ਜੀ 47,500 ਦੇ ਵਿੱਚ। ਸੋ ਇਹ ਉਹ ਐਪਲੀਕੈਂਟ ਨੇ ਜਿਹਨਾਂ ਨੇ ਓਮ ਗਲੋਬਲ ਦੇ ਉੱਤੇ ਟਰੱਸਟ ਦਿਖਾਇਆ ਅਤੇ ਆਪਦੇ ਐਪਲੀਕੇਸ਼ਨ ਪ੍ਰੋਸੈਸ ਕੀਤੀਆਂ। USA ਜਾਣਾ ਚਾਹੁੰਦੇ ਹੋ, 47,500  'ਚ ਵੀਜ਼ਾ ਲੈਣਾ ਚਾਹੁੰਦੇ ਹੋ, ਪੈਸਾ ਦੇਣਾ ਚਾਹੁੰਦੇ ਹੋ, ਵੀਜ਼ਾ ਲੱਗਣ ਤੋਂ ਬਾਅਦ ਓਮ ਗਲੋਬਲ ਦੇ ਨਾਲ ਰਾਬਤਾ ਕਰ ਸਕਦੇ ਹੋ। ਆਇਲਸ ਕੀਤੀ ਹੈ ਜਾਂ ਨਹੀਂ ਕੀਤੀ, ਪੜ੍ਹਾਈ ਦੇ ਵਿੱਚ ਇਹ ਗੈਪ ਆ ਚੁੱਕਾ ਜਾਂ ਪਰਸੈਂਟੇਜ ਘੱਟ ਹੈ, ਤੁਸੀਂ ਵੀ ਵਿਜੈਂਤ ਵਾਂਗ US ਦਾ ਵੀਜ਼ਾ ਲੈ ਸਕਦੇ ਹੋ। ਜਾਂ ਫਿਰ ਜਿਹੜੇ ਵੀ ਐਪਲੀਕੈਂਟ ਕੈਨੇਡਾ ਜਾਣਾ ਚਾਹੁੰਦੇ ਆ, 10 ਤੋਂ 12 ਸਾਲ ਦਾ ਗੈਪ ਹੈ, ਮਲਟੀਪਲ ਟਾਈਮ ਚਾਹੇ ਕੈਨੇਡਾ ਤੋਂ ਫਾਈਲ ਰਿਜੈਕਟ ਕਰਾ ਲਈ, ਪੈਸੇ ਅਤੇ ਸਮਾਂ ਬਰਬਾਦ ਕਰ ਲਿਆ, ਜਨਵਰੀ ਇਨਟੇਕ 'ਚ ਦਾਖਲਾ ਚਾਹੁੰਦੇ ਹੋ, 6 ਬੈਂਡ ਓਵਰਆਲ ਹੈ, ਚਾਹੇ 2 'ਚ 5.5 ਜਾਂ 3 'ਚ 5.5, 1 'ਚ 5 ਜਾਂ ਕਿਸੇ 'ਚ 4.5 ਰਹਿ ਗਏ ਆ, ਇਹਨਾਂ ਦੋਨਾਂ ਵਾਂਗ ਤੁਸੀਂ ਵੀ ਆਪਦਾ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸਾਡੀ ਟੀਮ ਦੇ ਨਾਲ ਰਾਬਤਾ ਕਰ ਸਕਦੇ ਹੋ ਅਤੇ ਇਹਨਾਂ ਐਪਲੀਕੈਂਟ ਵਾਂਗ ਆਪਣਾ ਕੈਨੇਡਾ ਅਤੇ US ਦਾ ਵੀਜ਼ਾ ਲੈ ਸਕਦੇ ਹੋ। ਧੰਨਵਾਦ।